ਅੱਜ ਜਿਹੜੀ ਅਸੀਂ ਇਹ ਜਿਹੜੀ ਵੀਡੀਓ ਬਾਈਟ ਦੇ ਰਹੇ ਹਾਂ, ਇਹ ਸਾਡੇ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਸ਼ਿਵ ਸੈਨਿਕਾਂ ਦਾ ਜਿਹੜਾ ਹੈਗਾ ਟਕਰਾਓ ਜਿਹੜਾ ਅਧਿਅੰਗ ਸਿੰਘ ਜਥੇਬੰਦੀਆਂ ਦੇ ਨਾਲ ਹੋ ਰਿਹਾ। ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇੰਸੀਡੈਂਟਸ ਜਿਹੜਾ ਹੈਗਾ ਪੁਰਾਣਾ ਹੈਗਾ, ਜਿਹਨੂੰ ਹੁਣ ਤੋੜ ਮਰੋੜ ਕੇ ਜਿਹੜਾ ਹੈਗਾ ਵੀਡੀਓਜ਼ ਨੂੰ ਜਿਹੜਾ ਹੈਗਾ ਵਾ ਕੁਛ ਸੋਸ਼ਲ ਮੀਡੀਆ ਤੇ ਚੈਨਲਸ ਤੇ ਚਲਾਇਆ ਜਾ ਰਿਹਾ ਹੈਗਾ। ਇਹ ਆਲਰੇਡੀ ਇੰਸੀਡੈਂਟਸ ਜਿਹੜਾ ਹੈਗਾ 26/4/24 ਦਾ ਸੀਗਾ, ਮਾਰਨਿੰਗ ਦਾ ਕਚਹਿਰੀ ਦੇ ਵਿੱਚ ਹੋਇਆ ਸੀ, ਜਿਸ ਦੇ ਸੰਬੰਧ ਵਿੱਚ ਅਸੀਂ FIR 67 26 ਤਰੀਕ ਨੂੰ ਜਿਹੜੀ ਸੀਗੀ ਦਰਜ ਕਰਕੇ ਦਰਜ ਕੀਤੀ ਸੀ ਅੰਡਰ ਸੈਕਸ਼ਨ 353 160/1/88/186 ਤੇ 341 ਤੇ ਨਾਲ 148 ਤੇ 149 IPC ਤਹਿਤ ਜਿਹੜੀ ਹੈਗੀ ਆ। ਆਲਰੇਡੀ ਜਿਹੜੀ ਇਹ FIR ਜਿਹੜੀ ਹੈਗੀ ਆ ਦੋਵਾਂ ਪਾਰਟੀਆਂ ਦੇ ਖਿਲਾਫ ਜਿਹੜੀ ਆ ਥਾਣਾ ਸਿਵਲ ਲਾਈਨ ਦੇ ਵਿੱਚ ਦਰਜ ਹੈਗੀ ਆ ਔਰ ਜਿਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ। ਸੋ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀ ਵੀ ਵੀਡੀਓ ਤੁਹਾਡੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈਗੀ ਆ, ਇਹਦੇ ਤੱਥਾਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈਗਾ ਔਰ ਇਸ ਦੇ ਆਲਰੇਡੀ ਜਿਹੜੀ ਹੈਗੀ ਆ 26 ਤਰੀਕ ਦੀ ਘਟਨਾ ਹੈ, ਜਿਸ ਦੇ ਸੰਬੰਧ ਦੇ ਵਿੱਚ 26 ਤਰੀਕ ਨੂੰ ਹੀ ਜਿਹੜਾ ਹੈਗਾ ਪਰਚਾ ਦਰਜ ਕਰਕੇ ਦੋਵਾਂ ਪਾਰਟੀਆਂ ਦੇ ਖਿਲਾਫ ਜਿਹੜਾ ਹੈਗਾ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਥੈਂਕ ਯੂ। ਅੱਜ ਜਿਹੜੀ ਅਸੀਂ ਇਹ ਜਿਹੜੀ ਵੀਡੀਓ ਬਾਈਟ ਦੇ ਰਹੇ ਹਾਂ, ਇਹ ਸਾਡੇ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਸ਼ਿਵ ਸੈਨਿਕਾਂ ਦਾ ਜਿਹੜਾ ਹੈਗਾ ਟਕਰਾਓ ਜਿਹੜਾ ਅਧਿਅੰਗ ਸਿੰਘ ਜਥੇਬੰਦੀਆਂ ਦੇ ਨਾਲ ਹੋ ਰਿਹਾ। ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇੰਸੀਡੈਂਟਸ ਜਿਹੜਾ ਹੈਗਾ ਪੁਰਾਣਾ ਹੈਗਾ, ਜਿਹਨੂੰ ਹੁਣ ਤੋੜ ਮਰੋੜ ਕੇ ਜਿਹੜਾ ਹੈਗਾ ਵੀਡੀਓਜ਼ ਨੂੰ ਜਿਹੜਾ ਹੈਗਾ ਵਾ ਕੁਛ ਸੋਸ਼ਲ ਮੀਡੀਆ ਤੇ ਚੈਨਲਸ ਤੇ ਚਲਾਇਆ ਜਾ ਰਿਹਾ ਹੈਗਾ। ਇਹ ਆਲਰੇਡੀ ਇੰਸੀਡੈਂਟਸ ਜਿਹੜਾ ਹੈਗਾ 26/4/24 ਦਾ ਸੀਗਾ, ਮਾਰਨਿੰਗ ਦਾ ਕਚਹਿਰੀ ਦੇ ਵਿੱਚ ਹੋਇਆ ਸੀ, ਜਿਸ ਦੇ ਸੰਬੰਧ ਦੇ ਵਿੱਚ ਅਸੀਂ FIR 67 26 ਤਰੀਕ ਨੂੰ ਜਿਹੜੀ ਸੀਗੀ ਦਰਜ ਕਰਕੇ ਦਰਜ ਕੀਤੀ ਸੀ ਅੰਡਰ ਸੈਕਸ਼ਨ 353 160/1/88/186 ਤੇ 341 ਤੇ ਨਾਲ 148 ਤੇ 149 IPC ਤਹਿਤ ਜਿਹੜੀ ਹੈਗੀ ਆ। ਆਲਰੇਡੀ ਜਿਹੜੀ ਇਹ FIR ਜਿਹੜੀ ਹੈਗੀ ਆ ਦੋਵਾਂ ਪਾਰਟੀਆਂ ਦੇ ਖਿਲਾਫ ਜਿਹੜੀ ਆ ਥਾਣਾ ਸਿਵਲ ਲਾਈਨ ਦੇ ਵਿੱਚ ਦਰਜ ਹੈਗੀ ਆ ਔਰ ਜਿਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ। ਸੋ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀ ਵੀ ਵੀਡੀਓ ਤੁਹਾਡੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈਗੀ ਆ, ਇਹਦੇ ਤੱਥਾਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈਗਾ ਔਰ ਇਸ ਦੇ ਆਲਰੇਡੀ ਜਿਹੜੀ ਹੈਗੀ ਆ 26 ਤਰੀਕ ਦੀ ਘਟਨਾ ਹੈ, ਜਿਸ ਦੇ ਸੰਬੰਧ ਦੇ ਵਿੱਚ 26 ਤਰੀਕ ਨੂੰ ਹੀ ਜਿਹੜਾ ਹੈਗਾ
ਪਰਚਾ ਦਰਜ ਕਰਕੇ ਦੋਵਾਂ ਪਾਰਟੀਆਂ ਦੇ ਖਿਲਾਫ਼ ਜਿਹੜਾ ਹੈਗਾ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਥੈਂਕ ਯੂ।